ਪਵਨ ਕੁਮਾਰ ਜੀ, ਮੈਡਮ ਪ੍ਰਿੰਸੀਪਲ ਜਗਜੀਤ ਕੌਰ, ਮੈਡਮ ਪ੍ਰਿੰਸੀਪਲ ਸ਼ਮਤਾ ਜੀ, ਮੈਨੇਜਰ ਸਾਹਿਬ ਰਵਿੰਦਰਪਾਲ ਸਿੰਘ, ਮਿਸ ਉੱਪਲ, ਉੱਪਲ ਸਾਹਿਬ, ਟੀਚਰ ਸਾਹਿਬਾਨ ਦੇ ਸਾਰੇ ਬੱਚਿਓ, ਅੱਜ ਖੁਸ਼ੀ ਦਾ ਦਿਨ ਹੈ। ਅਸੀਂ ਅੱਜ ਆਪ ਸਧਾਰਨ ਤੌਰ 'ਤੇ ਰਿਪਬਲਿਕ ਡੇ ਮਨਾ ਰਹੇ ਹਾਂ। ਅੱਜ ਦੇ ਦਿਨ ਜੋ ਸਾਡਾ ਸੰਵਿਧਾਨ ਹੈ ਇਹ ਲਾਗੂ ਹੋਇਆ ਸੀ, ਅਤੇ ਇਸ ਖੁਸ਼ੀ ਵਿੱਚ ਅਸੀਂ ਅੱਜ ਸਾਰੇ ਇੱਥੇ ਇਸ ਨੂੰ ਦਿਨ ਮਨਾ ਰਹੇ ਹਾਂ। ਸਾਡਾ ਸੰਵਿਧਾਨ ਜਦੋਂ ਭਾਰਤ ਆਜ਼ਾਦ ਹੋਇਆ 15 ਅਗਸਤ 1947 ਨੂੰ, ਅਤੇ ਸਾਡੇ ਮਹਾਨ ਨੇਤਾਵਾਂ ਨੇ ਇਹ ਬਹਿ ਕੇ ਫੈਸਲਾ ਕੀਤਾ ਕਿ ਆਪਣਾ ਸੰਵਿਧਾਨ ਨਵਾਂ ਬਣਾਉਣਾ ਚਾਹੀਦਾ ਹੈ। ਬੱਚਿਓ, ਇੱਕ ਸੰਵਿਧਾਨ ਕਮੇਟੀ ਬਣਾਈ ਗਈ, ਉਹਨਾਂ ਨੇ ਇਹ ਜੋ ਸੰਵਿਧਾਨ ਹੈ ਤਿਆਰ ਕੀਤਾ। ਇਹ ਸੰਵਿਧਾਨ 26 ਨਵੰਬਰ 1949 ਨੂੰ ਤਿਆਰ ਹੋ ਚੁੱਕਾ ਸੀ, ਕਿਉਂਕਿ ਪਹਿਲਾਂ 26 ਜਨਵਰੀ ਨੂੰ ਸਾਡੇ ਆਪਣੇ ਆਜ਼ਾਦੀ ਦਿਨ ਦਾ ਨੇਤਾਵਾਂ ਨੇ ਐਲਾਨ ਕਰਤਾ ਕਿ ਭਾਰਤ ਆਜ਼ਾਦ ਹੋਣਾ ਚਾਹੀਦਾ ਹੈ, ਲੇਕਿਨ 26 ਦਿਨ ਬਾਅਦ ਦਿਨ 'ਤੇ ਮੁਕਰਰ ਕੀਤਾ ਗਿਆ ਕਿ ਅਸੀਂ ਸੰਵਿਧਾਨ ਲਾਗੂ ਕਰਾਂਗੇ। ਦੇਖੋ ਬੇਟਾ, ਸਾਡਾ ਸੰਵਿਧਾਨ ਬਹੁਤ ਵਿਸ਼ਾਲ ਹੈ, ਲਚਕੀਲਾ ਵੀ ਹੈ। ਸਾਡਾ ਸੰਵਿਧਾਨ ਜਿੱਥੇ ਸਾਨੂੰ ਕੋਈ ਸਾਡੇ ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦੱਸੂਆ, ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।